ਕੁੜੇ ਦੇ ਬੋਲਣ ਤੇ ਬੇਚਾਰ ਉਹਨਾਂ ਨੇ ਚਲੇ ਗਏ ਮਰੀ ਤੂੰ ਕਾ ਕੋ ਬਤਾਈ ਰਸਤਾ ਆ ਕੇ ਲੁਧਿਆਣਾ ਚੰਡੀਗੜ੍ਹ ਰੋਡ ਤੇ ਕੁਹਾੜਾ ਨਜ਼ਦੀਕ ਪੈਂਦੇ ਪਿੰਡ ਮਾਨਗੜ੍ਹ ਦੇ ਛੱਪੜ ਵਿੱਚ ਨਹਾਉਣਗੇ ਪੰਜ ਬੱਚਿਆਂ ਦੇ ਨਾਲ ਇੱਕ ਨੌਜਵਾਨ ਦੀ ਡੁੱਬਣ ਨਾਲ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਨੌਜਵਾਨ ਦੀ ਉਮਰ ਤਕਰੀਬਨ 22 ਸਾਲਾਂ ਦੱਸੀ ਗਈ ਹੈ ਜੋ ਡੁੱਬਦੇ ਬੱਚਿਆਂ ਨੂੰ ਛੱਪੜ 'ਚੋਂ ਕੱਢਣ ਲਈ ਗਿਆ ਸੀ ਅਤੇ ਆਪ ਵੀ ਡੁੱਬਣ ਕਾਰਨ ਮੌਤ ਦੀ ਅਗੋਸ਼ ਵਿੱਚ ਚਲਾ ਗਿਆ। ਆਸ ਪਾਸ ਦੇ ਲੋਕਾਂ ਨੇ ਕਿਸੇ ਤਰ੍ਹਾਂ ਛੱਪੜ ਵਿੱਚੋਂ 3 ਬੱਚਿਆਂ ਦੀਆਂ ਲਾਸ਼ਾਂ ਕੱਢ ਲਈਆਂ ਪਰ 2 ਬੱਚਿਆਂ ਦੀਆਂ ਲਾਸ਼ਾਂ ਨਹੀਂ ਮਿਲੀਆਂ, ਜਿਨ੍ਹਾਂ ਦੀ ਭਾਲ ਵਿੱਚ ਮੌਕੇ 'ਤੇ ਪਹੁੰਚੀ ਥਾਣਾ ਕੁੰਮਕਲਾ ਦੀ ਪੁਲਿਸ ਵੱਲੋਂ ਗੋਤਾਖੋਰਾਂ ਨੂੰ ਬੁਲਾਇਆ ਗਿਆ। ਮਰਨ ਵਾਲੇ ਬੱਚਿਆਂ ਵਿੱਚ 4 ਸਕੇ ਭੈਣ ਭਰਾ ਹਨ ਅਤੇ ਪਰਿਵਾਰ ਦੇ ਚਾਰੋਂ ਚਿਰਾਗ ਬੁੱਝ ਜਾਣ ਕਾਰਨ ਪੂਰੇ ਪਿੰਡ ਵਿੱਚ ਹੀ ਨਹੀਂ ਸਗੋਂ ਆਸ ਪਾਸ ਦੇ ਪਿੰਡਾਂ ਵਿੱਚ ਵੀ ਇਸ ਦੁਖਦਾਈ ਘਟਨਾ ਕਾਰਨ ਸੋਗ ਦੀ ਲਹਿਰ ਪਸਰ ਗਈ ਹੈ। ਫਿਲਹਾਲ ਛੱਪੜ 'ਚੋਂ ਮਿਲੀਆਂ ਸਾਰੀਆਂ 6 ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾ ਦਿੱਤਾ ਗਿਆ। ਇਸ ਦੁਖਦਾਈ ਹਾਦਸੇ 'ਚ ਮਾਰੇ ਗਏ 4 ਬੱਚੇ ਇੱਕੋ ਘਰ ਦੇ ਅਤੇ 1 ਬੱਚਾ ਦੂਸਰੇ ਪਰਿਵਾਰ ਨਾਲ ਸੰਬੰਧਿਤ ਦੱਸਿਆ ਗਿਆ, ਜਿਨ੍ਹਾਂ ਦੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਬੱਚਿਆਂ ਦੀ ਪਛਾਣ ਮੋਨੂ 6 ਸਾਲਾਂ, ਲਕਸ਼ਮੀ 11 ਸਾਲਾਂ, ਆਰਤੀ 3 ਸਾਲਾਂ, ਪ੍ਰੀਆ 8 ਸਾਲਾਂ ਅਤੇ ਕਲੀਮ 10 ਸਾਲਾਂ ਦੇ ਰੂਪ ਵਿੱਚ ਹੋਈ ਹੈ। ਕਲੀਮ ਨੂੰ ਛੱਡ ਕੇ ਬਾਕੀ 4 ਬੱਚੇ ਸਕੇ ਭੈਣ ਭਰਾ ਹਨ। ਕੀ ਨਾਮ ਥਾ ਆਪਕੇ ਬੱਚੋਂ ਕਾ, ਕਿਆ ਹੁਆ ਥਾ? ਨਾਮ ਤੋ ਬਤਾ। ਮੋਨੂ, ਲਕਸ਼ਮੀ, ਪ੍ਰੀਆ, ਆਰਤੀ। ਕਿਆ ਹੁਆ, ਕਿਆ ਥਾ? ਤੈਨੂੰ ਮੁੜ ਗਿਆ ਤਾਲ ਮੇ। ਡਿਊਟੀ ਪਰ ਕੋਈ ਨਹੀਂ ਬਿਟਿਆ, ਡਿਊਟੀ ਪਰ ਕੋਈ ਨਹੀਂ ਤਾ ਬਿਟਿਆ ਡਿਊਟੀ ਪਰ। ਕਿੰਨੇ ਬੱਚੇ? 4 5 ਲੜੀਏ, 4 ਬੂੜੇ ਮਾਰਾ। ਕਿੰਨੇ ਬੱਚੇ ਡੁੱਬੇ ਹੈ? 4, 1 ਲੜਕਾ, 3 ਲੜਕੀ। ਚਾਰੋਂ ਆਪਕੇ ਬੱਚੇ? ਸਾਰੇ ਮਾਰੇ ਬੱਚੇ ਮੈਂ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਅੱਜ ਤੋਂ ਪਹਿਲਾਂ ਅਜਿਹਾ ਹਾਦਸਾ ਕਦੀ ਨਹੀਂ ਹੋਇਆ। ਅੱਜ ਵੀ ਬੱਚਿਆਂ ਨੂੰ ਛੱਪੜ ਕੋਲ ਆਉਣ ਤੋਂ ਰੋਕਿਆ ਗਿਆ ਸੀ ਤੇ ਉਹ ਚਲੇ ਗਏ ਸੀ, ਪਰ 5 ਬੱਚੇ ਫਿਰ ਦੁਬਾਰਾ ਆ ਗਏ ਤੇ ਇਹ ਦੁਰਘਟਨਾ ਘਟੀ। 3 ਬੱਚਿਆਂ ਦੀਆਂ ਲਾਸ਼ਾਂ ਕੱਢ ਲਈਆਂ ਗਈਆਂ ਸਨ ਤੇ ਬਾਕੀ 2 ਨੂੰ ਲੱਭਣ ਲਈ ਰਾਹੁਲ ਨਾਮ ਦਾ ਨੌਜਵਾਨ ਵੀ ਛੱਪੜ ਵਿੱਚ ਵੜ ਗਿਆ ਪਰ ਬਾਹਰ ਨਹੀਂ ਨਿਕਲ ਸਕਿਆ। ਰਾਹੁਲ ਕੁਮਾਰ। ਹਮਾਰਾ ਸਾਲਾ ਲਗਤਾ ਹੈ। ਅੱਛਾ, ਵੋ ਬਚਾਨੇ ਕਿਉਂ ਗਿਆ, ਕੈਸੇ ਗਿਆ, ਕੋਈ ਵਾਕਿਆ ਕਿਆ ਹੁਆ ਤਾਂ ਬਤਾ ਦੋ। ਬਾਤ ਕੁਝ ਨਹੀਂ, ਵਹਾਂ ਪਰ ਬਹੁਤ ਬੰਦੇ ਭੀੜ ਥਾ, 100-200 ਬੰਦੇ। ਹਮ ਤੋ ਦੇਖਨੇ ਗਿਆ ਥਾ, ਹਮ ਤੋ ਚਲਾ ਆਇਆ। ਠੀਕ ਹੈ, ਵੋ ਵਹੀਂ ਪੇ ਥਾ, ਕੋਈ ਹੁਸ ਨਹੀਂ ਥਾ, ਉਸੇ ਜਾ ਕੇ ਬਚਾ ਲੇਤਾ ਹੂੰ ਬੱਚੇ ਕੋ। ਬਹੁਤ ਬੰਦੇ ਥੇ, ਕਮ ਸੇ ਕਮ 100-200 ਮੁਲਾਜ਼ਮ ਵੀ ਥੇ, ਸਭ ਕੁਝ ਥੇ। ਵੋ ਛੱਪੜ ਹੈ, ਵੋ ਗੰਦਾ ਪਾਣੀ ਥਾ ਵਹਾਂ ਪਰ? ਵੋ ਟੋਭਾ ਹੈ, ਪਿੰਡ ਵਾਲਾ ਜੋ ਪਾਣੀ ਜਾਤਾ ਨਹੀਂ ਹੈ, ਵੋ ਟੋਭਾ ਹੈ। ਬੱਚਿਆਂ ਕੋ ਰੋਜ਼ ਨਹਾਉਣੇ ਜਾਤੇ ਹੋ? ਇਹ ਮੇਰੇ ਕੋ ਨਹੀਂ ਪਤਾ ਹੈ। ਬੱਚੇ ਨਹਾ ਨਹੀਂ ਰਹੇ, ਬੱਚੇ ਖੇਡ ਰਹੇ ਸੀ ਉੱਦਾਂ ਹੀ। ਅੱਗੇ ਕਦੇ ਅੱਜ ਤੱਕ ਹੋਇਆ ਨਹੀਂ, ਬਾਕਾ ਕੋਈ ਅੱਜ ਕੁਦਰਤੀ ਤੌਰ 'ਤੇ ਪਤਾ ਨਹੀਂ ਕਿੱਦਾਂ ਆ ਗਏ। ਨਹੀਂ ਅੱਗੇ ਨਹੀਂ, ਅੱਜ ਆਏ ਆ ਬੱਚੇ ਅਤੇ ਨਾਲ ਦਾ ਖੇਤ ਵਾਲਾ ਬਾਹਰ ਆਇਆ ਸੀ, ਉਹਨੇ ਇੱਕ ਵਾਰ ਕਿਹਾ ਵੀ ਤੁਸੀਂ ਚਲੇ ਜਾਓ, ਚਲੇ ਵੀ ਗਏ ਆ, ਦੁਬਾਰਾ ਫਿਰ ਆ ਗਏ। ਉਹ ਤਾਂ ਬਾਅਦ ਵਿੱਚ ਅੱਧਾ ਪੌਣਾ ਘੰਟਾ ਬਾਅਦ ਜੋ ਡੈੱਡ ਬੋਡੀਆਂ 3 ਚੱਕ ਇੱਥੇ ਲਿਆਉਂਦੀਆਂ ਸੀ, ਕਟਾਣੀ ਚੌਂਕੀ ਵਾਲੇ ਪਹੁੰਚ ਗਏ ਸੀ। ਉਹ 3 ਪ੍ਰਵਾਸੀ ਗਏ ਸੀਗੇ ਦੇਖਣ ਵਿੱਚ, ਉਹਦੇ ਵਿੱਚ ਇੱਕ ਪ੍ਰਵਾਸੀ ਵਿਚਾਰਾ ਵਿੱਚ ਹੀ ਰਹਿ ਗਿਆ। ਇੱਕ ਪਰਿਵਾਰ ਦੇ 4 ਬੱਚੇ ਸੀ, ਇੱਕ ਦਾ ਇੱਕ ਸੀ। ਇਹਦੇ ਵਿੱਚ ਇੱਕ ਪਿੰਡ ਦਾ ਜਿਹੜਾ ਸਾਂਝਾ ਛੱਪੜ ਸੀ, ਉਹ ਛੱਪੜ ਦੇ ਵਿੱਚ ਜਿਹੜਾ 3 ਲੜਕੀਆਂ ਸੀਆਂ, 2 ਲੜਕੇ ਜੋ 7 ਸਾਲ ਤੋਂ ਲੈ ਕੇ 10 ਸਾਲ ਤੱਕ ਦੀ ਉਮਰ ਪ੍ਰਵਾਸੀ ਹੈ, ਜਿਨ੍ਹਾਂ ਦਾ ਪਿਛੋਕੜ UP ਤੋਂ ਹੈ ਅਤੇ ਇੱਥੇ ਲੇਬਰ ਕਲਾਸ ਉਹਨਾਂ ਦੇ ਪੇਰੈਂਟਸ ਜਿਹੜੇ ਲੇਬਰ ਕਰਦੇ, ਉਹਨਾਂ ਦੇ ਬੱਚੇ ਇੱਥੇ ਛੱਪੜ ਦੇ ਵਿੱਚ ਜਿਹੜਾ ਤਕਰੀਬਨ 2 ਵਜੇ ਅੱਜ ਡੁੱਬ ਗਏ ਸੀ। ਉਹਨਾਂ ਦੀ ਮਦਦ ਲਈ ਵੀ ਉਹਨਾਂ ਦੇ ਪਰਿਵਾਰ 'ਚੋਂ ਇੱਕ 22 ਸਾਲ ਦਾ ਨੌਜਵਾਨ ਲੜਕਾ ਜਿਹੜੇ ਕੋਸ਼ਿਸ਼ ਕੀਤੀ, ਬਟ ਉਹਨਾਂ ਨੂੰ ਕੱਢਣ ਦੀ ਬਜਾਏ ਆਪ ਉਹ ਵੀ ਡੁੱਬ ਗਿਆ ਅਤੇ 6 ਜਣਿਆਂ ਦੀ ਜਿਹੜੀ ਇੱਥੇ ਮ੍ਰਿਤਿਊ ਹੋਈ ਹੈ। ਤੁਸੀਂ ਦੇਖ ਸਕਦੇ ਹੋ ਇੱਥੇ ਕਿ ਜਿਹੜਾ ਪਿੰਡ ਹੈਗਾ, ਇੱਥੇ ਜੋ ਪਿੰਡ ਕਿ ਜਿਹੜਾ ਇੱਥੇ ਤਲਾਬ ਹੈ, ਕਾਫੀ ਇਸ ਇੱਕ ਪਾਸੇ ਡੂੰਘਾ ਹੈ ਅਤੇ ਇਹਦੇ ਬੱਚੇ 4-5 ਬੱਚੇ ਕਰੀਬਨ 7-8 ਸਾਲ ਦੇ ਰਹੇ ਹੈ, ਉਹ ਇੱਥੇ ਆਏ ਸੀ ਨਹਾਉਣੇ ਧੋਣੇ ਕੇ ਲੀਏ ਅਤੇ ਅਨਫੋਰਚੁਨੇਟਲੀ ਉਹਨਾਂ ਦਾ ਪੈਰ ਇਸ ਇਹਦੇ ਜੋ ਡੂੰਘਾ ਪਾਸਾ ਉਸ ਪਾਸੇ ਫਸ ਗਿਆ ਅਤੇ ਉੱਥੇ ਉਹਨਾਂ ਦੀ ਡਰਾਊਨਿੰਗ ਸੇ ਡੈਥ ਹੋ ਗਈ ਹੈ। ਇੱਕ ਬੰਦੇ ਨੇ ਉਹਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਹੈ, 22 ਸਾਲ ਦਾ ਮੁੰਡਾ ਹੈਗਾ, ਉਸ ਦੀ ਵੀ ਡੈਥ ਹੋ ਗਈ ਹੈ। ਇਟਸ ਵੈਰੀ ਅਨਫੋਰਚੁਨੇਟ ਐਂਡ
6 की 6 बॉडी से पर निकाल चुके हैं और उन्होंने पोस्टमार्टम के लिए भेज दिए। इसी पिंड के थे बच्चे, बच्चे नहान खेलने वाले आए थे, बट अनफॉर्चुनेटली इस दुखद इंसिडेंट से शिकार हो गए। दलजीत विक्की की रिपोर्ट, द समर न्यूज़, लुधियाना।